ਸੜਕ ਤੇ ਖੜੀ ਗੱਡੀ ਤੇ ਤਿੰਨ ਨੌਜਵਾਨਾਂ ਦੇ ਵੱਲੋਂ ਹਮਲਾ ਕੀਤਾ ਗਿਆ। ਕਿਹਾ ਜਾ ਰਿਹਾ ਕਿ ਲਾਠੀ ਡੰਡਿਆਂ ਦੇ ਨਾਲ ਗੱਡੀ ਦੀ ਭੰਨ ਤੋੜ ਕੀਤੀ ਗਈ ਹੈ। ਹਾਲਾਂਕਿ ਇਸ ਦੇ ਵਿੱਚ ਚਾਲਕ ਵੀ ਮੌਜੂਦ ਸੀ, ਪਰ ਕਿਹਾ ਜਾ ਰਿਹਾ ਕਿ ਜਿਵੇਂ ਹੀ ਇਸ ਕਾਰ ਦੇ ਉੱਤੇ ਲਾਠੀ ਡੰਡੇ ਵਰਸਾਏ ਗਏ ਤਾਂ ਚਾਲਕ ਆਪਣੀ ਜਾਨ ਬਚਾ ਕੇ ਉੱਥੋਂ ਭੱਜ ਜਾਂਦਾ ਹੈ। ਹਾਲਾਂਕਿ ਮੌਕੇ 'ਤੇ ਹੁਣ ਪੁਲਿਸ ਵੀ ਪਹੁੰਚੀ ਹੈ, ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਤਾਂ ਖਬਰ ਲੁਧਿਆਣਾ ਤੋਂ ਸਾਹਮਣੇ ਆਈ ਹੈ ਜਿੱਥੇ ਕਿ ਐਕਟਿਵਾ ਦੇ ਉੱਤੇ ਆਏ ਤਿੰਨ ਨੌਜਵਾਨਾਂ ਦੇ ਵੱਲੋਂ ਇਸ ਗੱਡੀ ਦੇ ਉੱਤੇ ਹਮਲਾ ਕੀਤਾ ਗਿਆ। ਮਾਮਲਾ ਕਿਸੇ ਪੁਰਾਣੀ ਰੰਜਿਸ਼ ਨੂੰ ਲੈ ਕੇ ਵੀ ਦੱਸਿਆ ਜਾ ਰਿਹਾ। ਹਾਲਾਂਕਿ ਗੱਡੀ ਦੀਆਂ ਤਸਵੀਰਾਂ ਵੀ ਸਾਹਮਣੇ ਆਈਆਂ ਨੇ ਜਿਸ ਦੇ ਵਿੱਚ ਸਾਫ਼ ਦੇਖਿਆ ਜਾ ਸਕਦਾ ਹੈ ਕਿ ਗੱਡੀ ਦੇ ਸ਼ੀਸ਼ੇ ਟੁੱਟੇ ਹੋਏ ਨੇ, ਇੱਟਾਂ ਤੱਕ ਗੱਡੀ ਦੇ ਅੰਦਰ ਪਈਆਂ ਨੇ। ਤਾਂ ਦੱਸ ਦਈਏ ਫਿਲਹਾਲ ਮੌਕੇ 'ਤੇ ਹੁਣ ਪੁਲਿਸ ਪਹੁੰਚੀ ਹੈ, ਸਾਰੇ ਹੀ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਪਰ ਕਿਹਾ ਜਾ ਰਿਹਾ ਕਿ ਕਿਸੇ ਪੁਰਾਣੀ ਰੰਜਿਸ਼ ਨੂੰ ਲੈ ਕੇ ਗੱਡੀ ਦੇ ਉੱਤੇ ਇਹ ਹਮਲਾ ਕੀਤਾ ਗਿਆ। ਇਹ ਭਾਅ ਜੀ ਆਏ ਨੇ ਅਲਟੋ ਕਾਰ ਦੇ ਵਿੱਚ, ਇੱਧਰਲੇ ਪਾਸੇ ਦੋ ਮੁੰਡੇ ਐਕਟਿਵਾ ਦੇ ਸੀਗੇ, ਇੱਕ ਮੁੰਡਾ ਇੱਧਰਲੇ ਪਾਸੇ ਐਕਟਿਵਾ ਦੇ ਸੀਗਾ। ਉਹਨਾਂ ਨੇ ਆਉਂਦੇ ਸਾਰੇ ਮਤਲਬ ਬੇਸਬੋਲ ਕੱਢੇ ਜਾਂ ਜੋ ਮਰਜ਼ੀ ਕੱਢਿਆ, ਸ਼ੀਸ਼ੇ ਵਗੈਰਾ ਠੋਕ। ਅੱਛਾ, ਉਸ ਤੋਂ ਜਿਹੜਾ ਮੇਨ ਮੁੰਡਾ ਸੀਗਾ ਉਹ ਭੱਜ ਕੇ ਬਾਹਰ ਨਿਕਲ ਗਿਆ, ਜਿਹੜਾ ਡਰਾਈਵਰ ਸੀਗਾ। ਹਾਂਜੀ, ਮਤਲਬ ਉਹ ਭੱਜ ਗਿਆ ਸੀ ਅਤੇ ਵਿੱਚ ਉਸ ਤੋਂ ਇਲਾਵਾ ਕਿੰਨੇ ਬੰਦੇ ਹੋਰ ਸੀਗੇ? ਉਹ ਇਕੱਲੇ ਹੀ ਸੀਗਾ ਜੀ। ਅੱਛਾ, ਇੱਕ ਮੁੰਡਾ ਇਕੱਲਾ ਹੀ ਸੀਗਾ? ਇਕੱਲੇ ਹੀ ਸੀਗਾ। ਅਤੇ ਇੱਟਾਂ ਵਰਸਾਈਆਂ ਗਈਆਂ ਉਹਨਾਂ ਕੋਲੋਂ? ਇੱਟਾਂ ਤਾਂ ਕਹਿ ਨਹੀਂ ਸਕਦੇ, ਉਹਨਾਂ ਕੋਲ ਬੇਸਬੋਲ ਸੀਗਾ ਸ਼ਾਇਦ। ਅੱਛਾ, ਬੇਸਬੋਲ ਸੀ। ਹਾਂਜੀ, ਉਹਨਾਂ ਨੇ ਸ਼ੀਸ਼ੇ 'ਤੇ ਮਾਰੇ, ਉਸ ਤੋਂ ਬਾਅਦ ਇੱਕ ਅੱਧੀ ਇੱਟ ਵੀ ਮਾਰੀ ਉਹਨਾਂ ਨੇ। ਅੱਛਾ ਜੀ, ਜਦ ਤੱਕ ਅਸੀਂ ਮਤਲਬ ਪਹੁੰਚੇ ਹਾਂ ਜਦ ਤੱਕ ਉਹ ਨਿਕਲ ਗਏ। ਹੁਣ ਇਹ ਗੱਡੀ ਇੱਥੇ ਖੜੀ ਹੈ, ਹੁਣ ਡਰਾਈਵਰ ਪਤਾ ਨਹੀਂ ਕੌਣ ਹੈ ਜੀ ਕੌਣ ਨਹੀਂ ਹੈਗਾ, ਏ ਸੀ ਦਾ ਨੌਲੇਜ ਨਹੀਂ। ਕੀ ਲੱਗਦਾ ਕੁਛ ਗਾਲੀ ਗਲੋਚ ਕਰਦੇ ਹੋਣ ਜਾਂ ਕਿਸੇ ਦਾ ਨਾਮ ਲੈਂਦੇ ਹੋਣ? ਨਹੀਂ ਭਈਆ, ਕੋਈ ਤਾਰੀ ਗਾਲੀ ਗਲੋਚ ਤਾਂ ਕੋਈ ਆਵਾਜ਼ ਨਹੀਂ ਆਈ। ਆਉਂਦੇ ਸਾਰੀ ਉਹਨਾਂ ਨੇ ਆਪਣਾ ਜੋ ਵੀ ਕੀਤਾ ਕਰ ਕੁਰ ਕੇ ਬਸ ਉਹਨਾਂ ਨੇ ਨਿਕਲਣ ਦੀ ਕੀਤੀ। ਨਹੀਂ ਤੁਹਾਨੂੰ ਕਿਹਨਾਂ ਨੇ ਇਤਲਾਹ ਕੀਤਾ ਇਸ ਬਾਰੇ? ਅੱਛਾ ਜੀ, ਕੀ ਨਾਮ ਹੈ ਜੀ ਜਿਨ੍ਹਾਂ ਨੇ ਤੁਹਾਨੂੰ ਇਤਲਾਹ ਕੀਤਾ ਜੀ? ਠੀਕ। ਸੜਕ 'ਤੇ ਖੜ੍ਹੀ ਗੱਡੀ 'ਤੇ ਤਿੰਨ ਨੌਜਵਾਨਾਂ ਦੇ ਵੱਲੋਂ ਹਮਲਾ ਕੀਤਾ ਗਿਆ। ਕਿਹਾ ਜਾ ਰਿਹਾ ਕਿ ਲਾਠੀ ਡੰਡਿਆਂ ਦੇ ਨਾਲ ਗੱਡੀ ਦੀ ਭੰਨ ਤੋੜ ਕੀਤੀ ਗਈ ਹੈ। ਹਾਲਾਂਕਿ ਇਸ ਦੇ ਵਿੱਚ ਚਾਲਕ ਵੀ ਮੌਜੂਦ ਸੀ, ਪਰ ਕਿਹਾ ਜਾ ਰਿਹਾ ਕਿ ਜਿਵੇਂ ਹੀ ਇਸ ਕਾਰ ਦੇ ਉੱਤੇ ਲਾਠੀ ਡੰਡੇ ਵਰਸਾਏ ਗਏ ਤਾਂ ਚਾਲਕ ਆਪਣੀ ਜਾਨ ਬਚਾ ਕੇ ਉੱਥੋਂ ਭੱਜ ਜਾਂਦਾ ਹੈ। ਹਾਲਾਂਕਿ ਮੌਕੇ 'ਤੇ ਹੁਣ ਪੁਲਿਸ ਵੀ ਪਹੁੰਚੀ ਹੈ, ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਤਾਂ ਖਬਰ ਲੁਧਿਆਣਾ ਤੋਂ ਸਾਹਮਣੇ ਆਈ ਹੈ ਜਿੱਥੇ ਕਿ ਐਕਟਿਵਾ ਦੇ ਉੱਤੇ ਆਏ ਤਿੰਨ ਨੌਜਵਾਨਾਂ ਦੇ ਵੱਲੋਂ ਇਸ ਗੱਡੀ ਦੇ ਉੱਤੇ ਹਮਲਾ ਕੀਤਾ ਗਿਆ। ਮਾਮਲਾ ਕਿਸੇ ਪੁਰਾਣੀ ਰੰਜਿਸ਼ ਨੂੰ ਲੈ ਕੇ ਵੀ ਦੱਸਿਆ ਜਾ ਰਿਹਾ। ਹਾਲਾਂਕਿ ਗੱਡੀ ਦੀਆਂ ਤਸਵੀਰਾਂ ਵੀ ਸਾਹਮਣੇ ਆਈਆਂ ਨੇ ਜਿਸ ਦੇ ਵਿੱਚ ਸਾਫ਼ ਦੇਖਿਆ ਜਾ ਸਕਦਾ ਹੈ ਕਿ ਗੱਡੀ ਦੇ ਸ਼ੀਸ਼ੇ ਟੁੱਟੇ ਹੋਏ ਨੇ, ਇੱਟਾਂ ਤੱਕ ਗੱਡੀ ਦੇ ਅੰਦਰ ਪਈਆਂ ਨੇ। ਤਾਂ ਦੱਸ ਦਈਏ ਫਿਲਹਾਲ ਮੌਕੇ 'ਤੇ ਹੁਣ ਪੁਲਿਸ ਪਹੁੰਚੀ ਹੈ, ਸਾਰੇ ਹੀ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਪਰ ਕਿਹਾ ਜਾ ਰਿਹਾ ਕਿ ਕਿਸੇ ਪੁਰਾਣੀ ਰੰਜਿਸ਼ ਨੂੰ ਲੈ ਕੇ ਗੱਡੀ ਦੇ ਉੱਤੇ ਇਹ ਹਮਲਾ ਕੀਤਾ ਗਿਆ। ਇਹ ਭਾਅ ਜੀ ਆਏ ਨੇ ਅਲਟੋ ਕਾਰ ਦੇ ਵਿੱਚ, ਇੱਧਰਲੇ ਪਾਸੇ ਦੋ ਮੁੰਡੇ ਐਕਟਿਵਾ ਦੇ ਸੀਗੇ, ਇੱਕ ਮੁੰਡਾ ਇੱਧਰਲੇ ਪਾਸੇ ਐਕਟਿਵਾ ਦੇ ਸੀਗਾ। ਉਹਨਾਂ ਨੇ ਆਉਂਦੇ ਸਾਰੇ ਮਤਲਬ ਬੇਸਬੋਲ ਕੱਢੇ ਜਾਂ ਜੋ ਮਰਜ਼ੀ ਕੱਢਿਆ, ਸ਼ੀਸ਼ੇ ਵਗੈਰਾ ਠੋਕ। ਉਸ ਤੋਂ ਜਿਹੜਾ ਮੇਨ ਮੁੰਡਾ ਸੀਗਾ ਉਹ ਭੱਜ ਕੇ ਬਾਹਰ ਨਿਕਲ ਗਿਆ, ਜਿਹੜਾ ਡਰਾਈਵਰ ਸੀਗਾ। ਹਾਂਜੀ, ਮਤਲਬ ਉਹ ਭੱਜ ਗਿਆ ਸੀ ਅਤੇ ਵਿੱਚ ਉਸ ਤੋਂ ਇਲਾਵਾ ਕਿੰਨੇ ਬੰਦੇ ਹੋਰ ਸੀਗੇ? ਉਹ ਇਕੱਲੇ ਹੀ ਸੀਗਾ ਜੀ। ਅੱਛਾ, ਇੱਕ ਮੁੰਡਾ ਇਕੱਲਾ ਹੀ ਸੀਗਾ? ਇਕੱਲੇ ਹੀ ਸੀਗਾ। ਅਤੇ ਇੱਟਾਂ ਵਰਸਾਈਆਂ ਗਈਆਂ ਉਹਨਾਂ ਕੋਲੋਂ? ਇੱਟਾਂ ਤਾਂ ਕਹਿ ਨਹੀਂ ਸਕਦੇ, ਉਹਨਾਂ ਕੋਲ ਬੇਸਬੋਲ ਸੀਗਾ ਸ਼ਾਇਦ। ਅੱਛਾ, ਬੇਸਬੋਲ ਸੀ। ਹਾਂਜੀ, ਉਹਨਾਂ ਨੇ ਸ਼ੀਸ਼ੇ 'ਤੇ ਮਾਰੇ, ਉਸ ਤੋਂ ਬਾਅਦ ਇੱਕ ਅੱਧੀ ਇੱਟ ਵੀ ਮਾਰੀ ਉਹਨਾਂ ਨੇ। ਅੱਛਾ, ਜਦ ਤੱਕ ਅਸੀਂ ਮਤਲਬ ਪਹੁੰਚੇ ਹਾਂ ਜਦ ਤੱਕ ਉਹ ਨਿਕਲ ਗਏ। ਹੁਣ ਇਹ ਗੱਡੀ ਇੱਥੇ ਖੜ੍ਹੀ ਹੈ, ਹੁਣ ਡਰਾਈਵਰ ਪਤਾ ਨਹੀਂ ਕੌਣ ਹੈ ਜੀ ਕੌਣ ਨਹੀਂ ਹੈਗਾ, ਏ ਸੀ ਦਾ ਨੌਲੇਜ ਨਹੀਂ।
ਕੀ ਲੱਗਦਾ ਕੁਛ ਗਾਲੀ ਗਲੋਚ ਕਰਦੇ ਹੋਣ ਜਾਂ ਕਿਸੇ ਦਾ ਨਾਮ ਲੈਂਦੇ ਹੋਣ? ਨਹੀਂ ਭਈਆ, ਕੋਈ ਤਾਂ ਨਹੀਂ ਗਾਲੀ ਗਲੋਚ ਤਾਂ ਕੋਈ ਆਵਾਜ਼ ਨਹੀਂ ਆਈ। ਆਉਂਦੇ ਸਾਰੀ ਉਹਨਾਂ ਨੇ ਆਪਣਾ ਜੋ ਵੀ ਕੀਤਾ ਕਰ ਕੁਰ ਕੇ ਬਸ ਉਹਨਾਂ ਨੇ ਇੱਕ ਦੀ ਕੀਤੀ। ਇਤਲਾਹ ਕੀਤਾ ਇਸ ਬਾਰੇ? ਅੱਛਾ ਜੀ, ਕੀ ਨਾਮ ਹੈ ਜੀ ਜਿਨ੍ਹਾਂ ਨੇ ਤੁਹਾਨੂੰ ਇਤਲਾਹ ਕੀਤਾ ਜੀ? ਠੀਕ।